ਜਿਹੜਾ ਮ੍ਰਿਤਕ ਲੜਕੀ ਹੈ ਤੇ ਮ੍ਰਿਤਕ ਲੜਕਾ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਸੀਗੇ ਤੇ ਲੜਕਾ ਰਾਤ ਨੂੰ ਲੜਕੀ ਨੂੰ ਮਿਲਣ ਆਇਆ ਸੀਗਾ ਜੋ ਇਸਦੇ ਪਿਤਾ ਵੱਲੋਂ ਦੇਖ ਲਿਆ ਗਿਆ ਸੀਗਾ ਉਸਦੇ ਫਿਰ ਉਸ ਤੋਂ ਉਹਨੇ ਉਸਦਾ ਮਰਡਰ ਕਰ ਦਿੱਤਾ ਦੋਨਾਂ ਦਾ ਉਹਦਾ ਲੜਕੀ ਦਾ ਮਰਡਰ ਸੀਗਾ ਗਲਾ ਘੁੱਟ ਕੇ ਕੀਤਾ ਹੋਇਆ ਸੀ ਅਤੇ ਜਿਹੜਾ ਲੜਕਾ ਸੀਗਾ ਲੜਕੇ ਦੇ ਜਿਹੜੇ ਫਸਟ ਇੰਸਟੈਂਸ ਤੋਂ ਦੇਖਣ ਤੋਂ ਪਤਾ ਲੱਗਦਾ ਸੀ ਵੀ ਉਹਦੇ ਸਿਰ ਦੇ ਵਿੱਚ ਤੇਜ਼ਧਾਰ ਹਥਿਆਰ ਨਾਲ ਮਰਡਰ ਕੀਤਾ ਹੋਇਆ ਉਹਦਾ ਲੜਕੀ ਦੇ ਫਾਦਰ ਵੱਲੋਂ ਅਤੇ ਉਸਦੇ ਲੜਕੇ ਵੱਲੋਂ ਹੀ ਲੜਕੀ ਦਾ ਅਤੇ ਉਸਦੇ ਜਿਹੜਾ ਫਰੈਂਡ ਸੀ ਕਹਿ ਸਕਦੇ ਹਾਂ ਕਿ ਆਪਾਂ ਗੁਰਦੀਪ ਸਿੰਘ ਦਾ ਉਸਦਾ ਮਰਡਰ ਕੀਤਾ ਗਿਆ ਸਰ ਸਾਨੂੰ ਨਾ ਇਨਫੋਰਮੇਸ਼ਨ ਮਿਲੀ ਸੀ ਕੁਲਦੀਪ ਸਿੰਘ ਵੱਲੋਂ ਵਾਸੀ ਹੈਗਾ ਟਿਕਰੀਵਾਲ ਇਹਦੇ ਬ੍ਰਦਰ ਦੀ ਮਰਡਰ ਦੀ ਰਿਪੋਰਟ ਆਈ ਸੀ ਸਾਡੇ ਕੋਲ ਜਦੋਂ ਅਸੀਂ ਮੌਕੇ 'ਤੇ ਗਏ ਸੀਗੇ ਉੱਥੇ ਸਾਨੂੰ ਪਹਿਲਾਂ ਇੱਕ ਡੈੱਡ ਬੋਡੀ ਮਿਲੀ ਇਹਦੇ ਬ੍ਰਦਰ ਦੀ ਗੁਰਦੀਪ ਸਿੰਘ ਦੀ ਉਹ ਨਾਲੀ ਦੇ ਵਿੱਚ ਪਈ ਸੀ ਉਹ ਅਤੇ ਉਸ ਤੋਂ ਬਾਅਦ ਜਦੋਂ ਅਸੀਂ ਫਰਦਰ ਅੱਗੇ ਇਨਵੈਸਟੀਗੇਸ਼ਨ ਕੀਤੀ ਅਸੀਂ ਅੱਗੇ ਜਾ ਕੇ ਦੇਖਿਆ ਘਰ ਦੇ ਵਿੱਚ ਵੀ ਇੱਕ ਲੜਕੀ ਦੀ ਡੈੱਡ ਬੋਡੀ ਪਈ ਸੀਗੀ ਜਿਸ ਦਾ ਮਰਡਰ ਕੀਤਾ ਹੋਇਆ ਸੀਗਾ ਉਹਦਾ ਲੜਕੀ ਦਾ ਮਰਡਰ ਸੀਗਾ ਗਲਾ ਘੁੱਟ ਕੇ ਕੀਤਾ ਹੋਇਆ ਸੀ ਅਤੇ ਜਿਹੜਾ ਲੜਕਾ ਸੀਗਾ ਲੜਕੇ ਦੇ ਜਿਹੜੇ ਫਸਟ ਇੰਸਟੈਂਸ ਤੋਂ ਦੇਖਣ ਤੋਂ ਪਤਾ ਲੱਗਦਾ ਸੀ ਵੀ ਉਹਦੇ ਸਿਰ ਦੇ ਵਿੱਚ ਤੇਜ਼ਧਾਰ ਹਥਿਆਰ ਨਾਲ ਮਰਡਰ ਕੀਤਾ ਹੋਇਆ ਉਹਦਾ ਦੋਨਾਂ ਡੈੱਡ ਬੋਡੀਆਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਹਨਾਂ ਦਾ ਪੋਸਟਮਾਰਟਮ ਕਰਾਇਆ ਗਿਆ ਅਤੇ ਕੁਲਦੀਪ ਸਿੰਘ ਦੀ ਸਟੇਟਮੈਂਟ ਦੇ ਅਕੋਰਡਿੰਗ ਅਸੀਂ FIR ਰਜਿਸਟਰ ਕੀਤੀ ਹੈ ਸਰ ਜਿਹੜਾ ਹਜੇ ਤੱਕ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਆਈ ਹੈ ਇਹਦੇ ਦੌਰਾਨ ਲੜਕੀ ਦੇ ਫਾਦਰ ਵੱਲੋਂ ਅਤੇ ਉਸਦੇ ਲੜਕੇ ਵੱਲੋਂ ਹੀ ਲੜਕੀ ਦਾ ਅਤੇ ਉਸਦੇ ਜਿਹੜਾ ਫਰੈਂਡ ਸੀ ਕਹਿ ਸਕਦੇ ਹਾਂ ਕਿ ਆਪਾਂ ਗੁਰਦੀਪ ਸਿੰਘ ਦਾ ਉਸਦਾ ਮਰਡਰ ਕੀਤਾ ਗਿਆ ਲੜਕੀ ਦਾ ਫਾਦਰ ਭੋਲਾ ਸਿੰਘ ਅਤੇ ਉਸਦਾ ਬੇਟਾ ਭੋਲਾ ਸਿੰਘ ਦਾ ਹੀ ਬੇਟਾ ਸੁਖਵੀਰ ਜੋ ਲੜਕੀ ਦਾ ਬ੍ਰਦਰ ਹੋ ਗਿਆ ਹਾਂਜੀ ਹਾਂ ਦੋਨਾਂ ਦੀ ਅਰੈਸਟ ਹੋ ਚੁੱਕੀ ਹੈਗੀ ਕੱਲ੍ਹ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਲਓ ਹਾਂਜੀ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਆਈ ਹੈ ਉਹਦੇ ਵਿੱਚ ਇਹੀ ਨਿਕਲ ਕੇ ਆਇਆ ਲੜਕੀ ਅਤੇ ਜਿਹੜਾ ਮ੍ਰਿਤਕ ਲੜਕੀ ਹੈ ਅਤੇ ਮ੍ਰਿਤਕ ਲੜਕਾ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਸੀਗੇ ਅਤੇ ਲੜਕਾ ਰਾਤ ਨੂੰ ਲੜਕੀ ਨੂੰ ਮਿਲਣ ਆਇਆ ਸੀਗਾ ਜੋ ਇਸਦੇ ਪਿਤਾ ਵੱਲੋਂ ਦੇਖ ਲਿਆ ਗਿਆ ਸੀਗਾ ਅਤੇ ਉਸਦੇ ਫਿਰ ਉਸ ਤੋਂ ਉਹਨੇ ਉਸਦਾ ਮਰਡਰ ਕਰ ਦਿੱਤਾ ਦੋਨਾਂ ਦਾ ਬਸ ਕੱਲ੍ਹ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਅਤੇ ਦੌਰਾਨ ਰਿਮਾਂਡ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਹਥਿਆਰਾਂ ਦੀ ਬਰਾਬਰੀ ਕਰਾਈ ਜਾਵੇ ਸਰ ਇਹਦੇ ਵਿੱਚ ਮੁਕੱਦਮਾ ਨੰਬਰ 64 ਮਿਤੀ ਹੈਗੀ ਹੈ 23/5/2023 ਦੇ ਵਿੱਚ 302/506/34 IPC ਦੇ ਥਾਣਾ ਬਰਨਾਲਾ ਦੇ ਵਿੱਚ ਮੁਕੱਦਮਾ ਦਰਜ ਕੀਤਾ ਸਰ ਸਾਨੂੰ ਨਾ ਇਨਫੋਰਮੇਸ਼ਨ ਮਿਲੀ ਸੀ ਕੁਲਦੀਪ ਸਿੰਘ ਵੱਲੋਂ ਵਾਸੀ ਹੈਗਾ ਟਿਕਰੀਵਾਲ ਇਹਦੇ ਬ੍ਰਦਰ ਦੀ ਮਰਡਰ ਦੀ ਰਿਪੋਰਟ ਆਈ ਸੀ ਸਾਡੇ ਕੋਲ ਜਦੋਂ ਅਸੀਂ ਮੌਕੇ 'ਤੇ ਗਏ ਸੀਗੇ ਉੱਥੇ ਸਾਨੂੰ ਪਹਿਲਾਂ ਇੱਕ ਡੈੱਡ ਬੋਡੀ ਮਿਲੀ ਇਹਦੇ ਬ੍ਰਦਰ ਦੀ ਗੁਰਦੀਪ ਸਿੰਘ ਦੀ ਉਹ ਨਾਲੀ ਦੇ ਵਿੱਚ ਪਈ ਸੀ ਉਹ ਅਤੇ ਉਸ ਤੋਂ ਬਾਅਦ ਜਦੋਂ ਅਸੀਂ ਫਰਦਰ ਅੱਗੇ ਇਨਵੈਸਟੀਗੇਸ਼ਨ ਕੀਤੀ ਅਸੀਂ ਅੱਗੇ ਜਾ ਕੇ ਦੇਖਿਆ ਘਰ ਦੇ ਵਿੱਚ ਵੀ ਇੱਕ ਲੜਕੀ ਦੀ ਡੈੱਡ ਬੋਡੀ ਪਈ ਸੀਗੀ ਜਿਸ ਦਾ ਮਰਡਰ ਕੀਤਾ ਹੋਇਆ ਸੀਗਾ ਉਹਦਾ ਲੜਕੀ ਦਾ ਮਰਡਰ ਸੀਗਾ ਗਲਾ ਘੁੱਟ ਕੇ ਕੀਤਾ ਹੋਇਆ ਸੀ ਅਤੇ ਜਿਹੜਾ ਲੜਕਾ ਸੀਗਾ ਲੜਕੇ ਦੇ ਜਿਹੜੇ ਫਸਟ ਇੰਸਟੈਂਸ ਤੋਂ ਦੇਖਣ ਤੋਂ ਪਤਾ ਲੱਗਦਾ ਸੀ ਵੀ ਉਹਦੇ ਸਿਰ ਦੇ ਵਿੱਚ ਤੇਜ਼ਧਾਰ ਹਥਿਆਰ ਨਾਲ ਮਰਡਰ ਕੀਤਾ ਹੋਇਆ ਉਹਦਾ ਦੋਨਾਂ ਡੈੱਡ ਬੋਡੀਆਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਹਨਾਂ ਦਾ ਪੋਸਟਮਾਰਟਮ ਕਰਾਇਆ ਗਿਆ ਅਤੇ ਕੁਲਦੀਪ ਸਿੰਘ ਦੀ ਸਟੇਟਮੈਂਟ ਦੇ ਅਕੋਰਡਿੰਗ ਅਸੀਂ FIR ਰਜਿਸਟਰ ਕੀਤੀ ਹੈ ਸਰ ਜਿਹੜਾ ਹਜੇ ਤੱਕ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਪੰਡਿਤ MK ਸ਼ਰਮਾ ਫੀਸ ਨਹੀਂ ਇਨਾਮ ਲਵਾਂਗਾ ਧੋਖਾ ਨਹੀਂ ਕੰਮ ਕਰਾਂਗਾ ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ ਪੰਡਿਤ MK ਸ਼ਰਮਾ ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ ਸੋਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ 'ਚ ਰੁਕਾਵਟ ਮਾਤਾ ਪਿਤਾ ਨੂੰ ਮਨਾਉਣਾ ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ ਕਰੋ ਸੰਪਰਕ 97793995956